ਤੁਹਾਨੂੰ ਹੁਣ ਇਹਨਾਂ ਨੇ ਖਬਰ ਕਿੱਥੋਂ ਮਿਲੀ ਜਿਹੜੀ ਤੁਹਾਡੀ ਤਾਰ ਦੀ ਜਿਹੜੇ ਮਹਿਕਮੇ ਦੀ ਤਾਰ ਹੈ ਇਦਾਂ ਟੱਚ ਹੋ ਰਹੀ ਹੈ ਵੀ ਬਿਜਲੀ ਨਾਲ ਤੁਹਾਨੂੰ ਜਾਣਕਾਰੀ ਕਿਹਨੇ ਦਿੱਤੀ ਇਹਦੇ ਬਾਰੇ ਤੁਹਾਨੂੰ ਜੇਈ ਸਾਹਿਬ ਨੇ ਦੱਸਿਆ ਬਿਜਲੀ ਮਹਿਕਮੇ ਵਾਲੇ ਨੇ ਉਹਨਾਂ ਫਿਰ ਤੁਸੀਂ ਆਏ ਆ ਨਹੀਂ ਅਸੀਂ ਇੱਥੇ ਇੱਥੇ ਕੰਮ ਕਰ ਰਹੇ ਸੀ ਅੱਛਾ ਪਹਿਲੇ ਆਲਰੇਡੀ ਕੰਮ ਕਰਦੇ ਪਏ ਕੰਮ ਕਰ ਰਹੇ ਸੀ ਅੱਛਾ ਜੀ तारा जिहड़ियां टच हो रही बिजली महकमे का जिहड़ा तारा दे नाल टच हो के जा रही नैट दियां ਉਹ ਤੁਸੀਂ ਦੇਖਿਆ ਹੋਣਾ ਨਾ ਮੌਕੇ ਤੇ ਆ ਕੇ ਲੇਕਿਨ ਉਹ ਇੱਕ ਬਹੁਤ ਵੱਡਾ ਇੱਕ ਹਾਦਸਾ ਹੋਣ ਉਹ ਜਾਨੀ ਇਹ ਕਹਿ ਸਕਦੇ ਵੀ ਟਲ ਗਿਆ ਆ ਲੇਕਿਨ ਇੱਥੇ ਕਿਸੇ ਦੀ ਮੌਤ ਵੀ ਹੋ ਸਕਦੀ ਸੀ ਜਿੱਦਾਂ ਜੀ ਸਾਹਿਬ ਨੇ ਦੱਸਿਆ ਲੇਕਿਨ ਇਹ ਗਲਤੀ ਕਿਹਨਾਂ ਦੀ ਆ ਕਹਿ ਸਕਦੇ ਆ ਇਹ ਗਲਤੀ ਜਿਹੜੇ ਤਾਰ ਪਾਉਂਦੇ ਉਹਨਾਂ ਦੀ ਹੈ ਨਹੀਂ ਤਾਰ ਪਾਉਂਦੇ ਗਲਤੀ ਉਹਨਾਂ ਦੀ ਆ ਮੰਨ ਲਓ ਲੇਕਿਨ ਉਹਦੇ ਵਿੱਚ ਮਹਿਕਮਾ ਤਾਂ BSNL ਹੀ ਆਉਂਦਾ ਨਾ BSNL ਮਹਿਕਮਾ ਹੈ ਚਾਰ ਕੰਪਨੀ ਹੈ ਹਾਂ ਜਿਹੜੀ ਪਾ ਰਹੇ ਹੈ ਹਾਂ ਇਹ ਚਾਰ ਕੰਪਨੀ ਜਿਹੜੀ ਕਾਟੇ ਨਾ ਮਾਂ किसी को नुकसान ना हो जी, अपना काम जो करते हैं सारे वेरीफाई करो मतलब कि जो तार पाएंगे नंगी है अगर उड़ू भी ध्यान में रखते हुए अगर अगर कोई अगर कोई यहाँ पे कोई हादसा हो जाता मान लो आपने बोल दिया कि जो जिन्होंने तार डाली उनकी गलती है लेकिन उनका तो कुछ नहीं जाएगा ना लेकिन उनको उनको जो महकमा है ना नाम तो महकमे का ही आएगा ना है ना जे जो जे थोड़ी बोलेगी उसने डाली थी या इसने डाली थी जे थोड़ी कोई बोलेगा लेकिन बदनामी तो महकमे की होगी ना अगर जो कुछ होगा महकमे का नाम पे चलेगा धब्बा लगेगा महकमे को है ना तो ऐसा है कि महकमे को थोड़ा रिस्पॉन्सिबिलिटी लेनी चाहिए जिम्मेवारी लेनी चाहिए जो आले जो जो आले दुआले की जो तारे हैं उसको सारा देखो कहीं भी कोई ऐसी तार है उसको थोड़ा सही करो कह रहा हूँ कि ये सबको चाहिए पहले ही काम करने के पहले अनुरोध देख करके काम करना चाहिए हाँ साड़ी जिंदगी सभी की जिंदगी सभी की जिंदगी है ना हाँ जी सर की मामला जिहड़ा लाइट पिछों जिहड़ी कुछ पिंडां दी लाइट बंद हुई आ जिहड़ा इस टाइम लांबड़ दे विच मैं देख रहा हां कि ट्रांसफर ते तुहाडे बेड़े बंदे जिहड़े चढ़े हुए आ की प्रॉब्लम की आई है इत्थे इस टाइम सर सवेरे 10 के बजे दी लाइट बंद आ 3 फेस पार ते साडा लांबड़ा मीटर बंद होया सीगा असी ट्रेस कीता सानूं बहुत मुश्किल नाल मिलिया कि जिहड़ी BSNL दी इंटरनेट दीआं तारां ने ਉਹ ਸਾਡੀਆਂ 11 ਕੇਵੀ ਲਾਈਨਸ ਦੇ ਨਾਲ ਕਨੈਕਟ ਹੋ ਕੇ ਥੱਲੇ ਡਿੱਗੀਆਂ ਹੋਈਆਂ ਨੇ ਅੱਛਾ ਜੀ ਨਾਲ ਕੋਈ ਵੀ ਹਾਦਸਾ ਹੋ ਸਕਦਾ ਅੱਛਾ ਜੀ ਅਸੀਂ ਬਕਾਇਦਾ ਇਹਦੀ ਪੁਲਿਸ ਵਿੱਚ ਵੀ ਕੰਪਲੇਂਟ ਕੀਤੀ ਹੈ ਠੀਕ ਹੈ ਜੀ ਉਸ ਤੋਂ ਪੁਲਿਸ ਮੁਲਾਜ਼ਮ ਆ ਕੇ ਇਹਨੂੰ ਚੈੱਕ ਕਰਕੇ ਗਏ ਨੇ ਦੇਖ ਕੇ ਗਏ ਨੇ ਪਰ ਇਹ ਬਹੁਤ ਸੀਰੀਅਸ ਮੈਟਰ ਹੈ ਬਿਨਾਂ ਕਿਸੇ ਇਨਫੋਰਮੇਸ਼ਨ ਇੰਟੀਮੇਸ਼ਨ ਬਿਨਾਂ ਕਿਸੇ ਪਰਮਿਸ਼ਨ ਦੇ BSNL ਵਾਲੇ ਆਪਣੀ ਮਰਜ਼ੀ ਨਾਲ ਤਾਰਾਂ ਖਿੱਚਦੇ ਨੇ ਆ ਕੇ ਲੇਕਿਨ ਸਰ ਇਹ ਜਿੱਦਾਂ ਹੁਣ BSNL ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਦੀ ਵੱਲੋਂ ਉਹਨਾਂ ਮਿਸਟੇਕ ਉਹਨਾਂ ਦੀ ਕਿਹਾ ਜਾ ਸਕਦਾ ਆ ਲੇਕਿਨ ਤਾਰਾਂ ਜਾ ਰਹੀਆਂ ਕੱਲ ਨੂੰ ਕੋਈ ਜਾਂਦਾ ਇੱਥੇ ਕਿਸੇ ਦਾ ਤਾਂ ਹੈਪਨ ਹੋ ਜਾਂਦਾ ਕੋਈ ਹਾਦਸਾ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਆ ਸਰ ਇਹ ਤਾਰਾਂ ਹੁੰਦੀਆਂ ਵੀ ਇੰਟਰਨੈਟ ਦੀਆਂ ਨੋਨ ਟ੍ਰੇਸੇਬਲ ਹੁੰਦੀਆਂ ਇਹ ਜਦੋਂ 11 ਕੇਵੀ ਦੇ ਉੱਪਰ ਹੁੰਦੀ ਹੈ ਇਹਦੇ ਵਿੱਚ ਪੂਰਾ ਫੁੱਲ ਕਰੰਟ ਜਾਂਦਾ ਇਹਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਕੋਈ ਬੱਚਾ ਯੂਜ਼ ਕਰੇ ਇੰਟਰਨੈਟ ਨੂੰ ਜਾਂ ਕੋਈ ਵਾਈਫਾਈ ਦੀ ਜਾਂ ਇੰਟਰਨੈਟ ਦੀ ਤਾਰ ਨੂੰ ਹੱਥ ਲਾ ਲੇ ਤੇ ਉੱਤੇ ਹੈਪਨ ਹੋ ਸਕਦਾ ਜੀ ਇਹ BSNL ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਪੂਰਾ ਧਿਆਨ ਦਿੱਤਾ ਜਾਵੇ ਤੇ ਬਿਨਾਂ ਕਿਸੇ ਪਰਮਿਸ਼ਨ ਮੱਕੀ ਤੋਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਬਿਨਾਂ ਮੱਕੀ ਹਾਇਰ ਕਮਾਂਡ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੈ ਇਹ ਨੂੰ ਸੇਫਟੀ ਨਾਲ ਕਰਨਾ ਚਾਹੀਦਾ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੁਣ ਲਾਂਬੜੇ ਦੇ ਵਿੱਚ ਤੁਹਾਡੇ ਬਿਜਲੀ ਮਹਿਕਮੇ ਦੀ ਜਿਹੜੀ ਕੋਈ ਕੰਪਲੇਂਟ ਮਿਲੀ ਸੀ ਮੈਨੂੰ ਹੁਣੇ ਮੈਂ ਗਿਆ ਸੀ ਮੌਕੇ ਤੇ ਵੀ ਤੇ ਤੁਹਾਡੇ ਮਹਿਕਮੇ ਤੋਂ ਜੇਈ ਸਾਹਿਬ ਵੀ ਉੱਥੇ ਪਹੁੰਚੇ ਸਗੇ ਤੇ ਉੱਥੇ ਦੇਖਣ ਨੂੰ ਮਿਲਿਆ ਕਿ ਤੁਹਾਡਾ ਬਿਜਲੀ ਦਾ ਇੱਕ ਟਰਾਂਸਫਾਰਮਰ ਲੱਗਾ ਹੈ ਫੂਲਪੁਰ ਰੋਡ ਤੇ ਸੜਕ ਜਾਂਦੀ ਆ ਉੱਥੇ ਨਾਲ ਨੈਟ ਦੀਆਂ ਤਾਰਾਂ BSNL ਦੀਆਂ ਤਾਰਾਂ ਵੀ ਨਾਲ ਉਹਦੇ ਨਾਲ ਟੱਚ ਹੋਈਆਂ ਸੀਗੀਆਂ ਲੇਕਿਨ ਉਹ ਜਾਣਕਾਰੀ ਇਹ ਮਿਲੀ ਮੌਕੇ ਤੇ ਜਾ ਕੇ ਦੇਖਿਆ ਮੈਂ ਖੁਦ ਜਾ ਗਿਆ ਉੱਥੇ ਮੌਕੇ ਤੇ ਉਹ ਜਿਹੜੀਆਂ ਤਾਰਾਂ ਸੀ ਉਹ ਬਿਲਕੁਲ ਉਹਦੇ ਵਿੱਚ ਜਿਹਦਾ ਕਰੰਟ ਕਹਿ ਸਕਦੇ ਹਾਈ ਵੋਲਟੇਜ ਕਰੰਟ ਪੂਰਾ ਆਇਆ ਹੋਇਆ ਸੀਗਾ ਤੇ ਲੇਕਿਨ ਅਗਰ ਜੇ ਉੱਥੇ ਕੋਈ ਨਾ ਦੇਖਦਾ ਜਾਂ ਤੁਹਾਡੇ ਮਹਿਕਮੇ ਦੇ ਬੰਦੇ ਨਾ ਕੋਈ ਜਾਂਦੇ ਨਾ ਕੋਈ ਜਾਣਕਾਰੀ ਮਿਲਦੀ ਹੋ ਸਕਦਾ ਉੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਲੇਕਿਨ ਤੁਸੀਂ ਹੁਣ ਮੌਕੇ ਤੇ ਤੁਸੀਂ ਅਫਸਰ ਹੋ ਤੁਸੀਂ SDO ਸਾਹਿਬ ਹੋ ਬਿਜਲੀ ਮਹਿਕਮੇ ਤੋਂ ਬਾਦਸ਼ਾਹਪੁਰ ਤੋਂ ਤੇ ਤੁਸੀਂ ਤੁਹਾਡਾ ਕੀ ਕਹਿਣਾ ਹੈ ਜਿਹੜਾ ਇਸ ਮਹਿਕਮੇ ਦੀਆਂ ਗਲਤੀ ਕਾਰਨ ਜੇ ਕੋਈ ਹਾਦਸਾ ਹੋ ਜਾਂਦਾ BSNL ਦੀ ਗਲਤੀ ਕਾਰਨ ਤੁਹਾਡਾ ਜ਼ਿੰਮੇਵਾਰ ਕੌਣ ਸੀਗਾ ਸਰ ਇਸ ਤਰ੍ਹਾਂ ਹੈਗਾ ਆ ਮੈਨੂੰ ਵੀ ਜੋ ਜਾਣਕਾਰੀ ਮਿਲੀ ਆ BSNL ਵਾਲੇ ਜਿਹੜੇ ਹੈਗੇ ਆ ਉਹ ਸਾਡੀਆਂ ਤਾਰਾਂ ਜਿਹੜੀਆਂ 11 ਕੇਵੀ ਲਾਈਨ ਹੈਗੀ ਆ ਉਹਦੇ ਉੱਤੋਂ ਦੀ ਕ੍ਰੋਸਿੰਗ ਕਰਕੇ ਉਹਨਾਂ ਨੇ ਆਪਣੀਆਂ ਤਾਰਾਂ ਲੰਘਾ ਰਹੇ ਸੀਗੇ ਜੀ ਔਰ ਉਹ ਇਸ ਤਰ੍ਹਾਂ ਲੱਗਦਾ ਹੈਗਾ ਆ ਵੀ ਉਹ ਅਣਜਾਣ ਬੰਦੇ ਜਿਹੜੇ ਹੈਗੇ ਆ ਮਹਿਕਮੇ ਵੱਲੋਂ ਭੇਜ ਕੇ ਉਹਨਾਂ ਨੂੰ ਕੋਈ ਸੁਪਰਵਾਈਜ਼ ਨਹੀਂ ਕਰ ਰਿਹਾ ਸੀਗਾ ਜੀ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਵੀ ਇਹਦੀ ਇਹਦੇ ਰਿਜ਼ਲਟ ਕੀ ਹੈਗੇ ਆ ਜੀ 11,000 ਵੋਲਟ ਹੋਣ ਕਰਕੇ ਉਹ ਲਾਈਨ ਟ੍ਰਿਪ ਹੋ ਗਈ ਜਾਂ ਜਿਹੜਾ ਹੈਗਾ ਇਸ ਕਰਕੇ ਜਿਹੜਾ ਹੈਗਾ ਬਚਾਅ ਹੋ ਗਿਆ ਅਦਰਵਾਈਜ਼ ਜਿਹੜਾ ਹੈਗਾ ਆ ਜੇ ਕਿਤੇ ਉੱਥੇ ਵੱਡਾ ਹਾਦਸਾ ਹੋ ਸਕਦਾ ਸੀਗਾ ਜੀ ਸਾਹਿਬ ਦੇ ਦੱਸਣ ਮੁਤਾਬਕ ਜੀ
ਅਤੇ ਇਹ ਜਿਹੜੀ ਹੈਗੀ ਹੈ ਇਹਦੇ ਬਾਰੇ ਜਿਹੜਾ ਹੈਗਾ ਆ ਬੀ ਐੱਸ ਐੱਨ ਐੱਲ ਦੇ ਨਾਲ ਜਿਹੜਾ ਹੈਗਾ ਪੱਤਰ ਵਿਹਾਰ ਕੀਤਾ ਜਾਊਗਾ, ਉਹਨਾਂ ਨੂੰ ਦੱਸਿਆ ਜਾਊਗਾ, ਉਹਨਾਂ ਨੂੰ ਪੁੱਛਿਆ ਜਾਊਗਾ ਵੀ ਇਸ ਤਰ੍ਹਾਂ ਦੇ ਕੰਮ ਨਾ ਕਰਨ। ਇਹਦੇ ਨਾਲ ਵੱਡਾ ਹਾਦਸਾ ਕਿਸੇ ਵੇਲੇ ਵੀ ਹੋ ਸਕਦਾ ਹੈਗਾ ਆ। ਬੰਦਿਆਂ ਨੂੰ ਆਪਣਿਆਂ ਨੂੰ ਉਹ ਚੰਗੀ ਤਰ੍ਹਾਂ ਟ੍ਰੇਨਡ ਕਰਕੇ ਇਹਦੇ ਬਾਰੇ ਦੱਸ ਕੇ ਭੇਜਣ, ਮਤਲਬ ਵੀ ਜਿੱਥੇ ਕੰਮ ਕਰਨਾ ਹੈਗਾ ਆ। ਸਰ ਜਿੱਦਾਂ ਆਪਾਂ ਹੋਰ ਵੀ ਦੇਖਦੇ, ਇਕੱਲਾ ਇਸ ਟਰਾਂਸਫਾਰਮਰ ਦੀ ਨਹੀਂ ਗੱਲ ਹੈਗੀ, ਜਾਂ ਹੋਰ ਵੀ ਕਾਫੀ ਤੁਹਾਡੇ ਮਹਿਕਮੇ ਦੇ ਟਰਾਂਸਫਾਰਮਰ ਲੱਗੇ ਆ, ਉੱਥੋਂ ਵੀ ਇੱਦਾਂ ਨੈੱਟ ਦੀਆਂ ਤਾਰਾਂ ਜਾਂਦੀਆਂ, ਲੇਕਿਨ ਉਹਦੇ ਵਿੱਚ ਉਹਦੇ ਵੇਲਾ ਵੀ ਕੋਈ ਧਿਆਨ ਨਹੀਂ ਹੈ ਇਹਨਾਂ ਦਾ, ਬੀ ਐੱਸ ਐੱਨ ਐੱਲ। ਉਹ ਇਸ ਤਰ੍ਹਾਂ ਹੈਗਾ, ਫਿਰ ਇਹ ਆਪ ਮੁਹਾਰੇ ਲੱਗੇ ਹੋਏ ਆ, ਮਤਲਬ ਸਾਡੇ ਨਾਲ ਕੋਈ ਇਹ ਤਾਲਮੇਲ ਨਹੀਂ ਕਰਦੇ ਹੈਗੇ ਆ ਨਾ, ਕਿੱਥੇ ਵੀ ਇਹ ਕੀ ਕਰਨਾ ਹੈਗਾ, ਕਿਸ ਤਰ੍ਹਾਂ ਕਰਨਾ ਹੈਗਾ ਆ, ਅਤੇ ਨਾ ਇਹ ਸੇਫਟੀ ਦਾ ਕੋਈ ਖਿਆਲ ਰੱਖਦੇ। ਮਤਲਬ ਜਦੋਂ ਤਾਰਾਂ ਪਾਉਂਦੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਨੂੰ ਦਿੰਦੇ ਮਹਿਕਮੇ? ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦੇ, ਕਿਉਂਕਿ ਜੇ ਤੁਹਾਨੂੰ ਇਨਫੋਰਮੇਸ਼ਨ ਦੇਣ ਤਾਂ ਫਿਰ ਉਹਦਾ ਕੋਈ ਤਰੀਕੇ ਨਾਲ ਕੋਈ ਢੰਗ ਨਹੀਂ। ਅਸੀਂ ਆਪਣਾ ਬੰਦਾ ਨਾਲ ਡਿਪਿਊਟ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਦੱਸੀਏ ਵੀ ਇੱਥੇ ਕਿਸ ਤਰ੍ਹਾਂ ਜਿਹੜਾ ਹੈਗਾ ਕੰਮ ਕਰਨਾ ਹੈਗਾ, ਕਿਹੜੀ ਸੇਫ ਹੈ, ਕਿਹੜੀ ਡੇਂਜਰਸ ਹੈਗੀ ਹੈ। ਤੁਸੀਂ ਹੁਣ ਇਸ ਮਹਿਕਮੇ ਨੂੰ ਕੀ ਕਹਿਣਾ ਚਾਹੁੰਦੇ ਸਰ, ਬੀ ਐੱਸ ਐੱਨ ਐੱਲ ਮਹਿਕਮੇ ਨੂੰ? ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹੈਗੇ ਹਾਂ ਵੀ ਆਪਣੀ ਸੇਫਟੀ ਜਿਹੜੀ ਹੈਗੀ ਆ ਰੱਖ ਕੇ, ਅਤੇ ਲੋਕਾਂ ਦੀ, ਪਬਲਿਕ ਦੀ ਸੇਫਟੀ ਦਾ ਵੀ ਖਿਆਲ ਰੱਖਣ, ਕੰਮ ਧਿਆਨ ਨਾਲ ਕਰਨ। ਸੋ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ।